10 ਵਲੇ ਦੀ ਵੱਡੀ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਿਨ ਦਿਹਾੜੇ ਵੱਡੀ ਵਾਰਦਾਤ ਹੋਈ ਹੈ। ਸ਼ਾਪਿੰਗ ਮਾਲ ਦੇ ਬਾਹਰ ਸ਼ਰੇਆਮ ਕਤਲ ਕੀਤਾ ਗਿਆ ਹੈ। ਕਈ ਗੋਲੀਆਂ ਮਾਰ ਕੇ ਸ਼ਖਸ ਦਾ ਕਤਲ ਕੀਤਾ ਗਿਆ ਹੈ। ਕਰੀਬ 15 ਰਾਊਂਡ ਫਾਇਰ ਕੀਤੇ ਗਏ ਨੇ ਸ਼ਾਪਿੰਗ ਮਾਲ ਦੇ ਬਾਹਰ। ਜੰਮੂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਮ੍ਰਿਤਕ, ਅਤੇ ਮ੍ਰਿਤਕ ਦਾ ਨਾਂ ਹੁਣ ਤੱਕ ਦੀ ਜਾਣਕਾਰੀ ਦੇ ਅਨੁਸਾਰ ਰਾਜੇਸ਼ ਡੋਗਰਾ ਦੱਸਿਆ ਜਾ ਰਿਹਾ ਹੈ ਤੇ ਹਮਲਾਵਰ ਸਕਾਰਪੀਓ ਗੱਡੀ ਦੇ ਵਿੱਚ ਆਏ ਸੀ। 15 ਰਾਊਂਡ ਫਾਇਰ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਤਾਂ ਚੰਡੀਗੜ੍ਹ ਮੋਹਾਲੀ ਦੇ ਵਿੱਚ ਦਿਨ ਦਿਹਾੜੇ ਕਤਲ ਹੋਇਆ ਹੈ। ਸ਼ਾਪਿੰਗ ਮਾਲ ਦੇ ਬਾਹਰ ਸ਼ਰੇਆਮ ਕਤਲ ਕੀਤਾ ਗਿਆ ਇੱਕ ਸ਼ਖਸ ਦਾ। ਉਸਦੇ 15 ਰੌਂਦ ਫਾਇਰ ਕੀਤੇ ਗਏ ਨੇ। ਮ੍ਰਿਤਕ ਦੀ ਪਹਿਚਾਣ ਤੁਹਾਨੂੰ ਦੱਸ ਦਈਏ ਰਾਜੇਸ਼ ਡੋਗਰਾ ਹੋ ਰਹੀ ਹੈ, ਤੇ ਸਕਾਰਪੀਓ ਗੱਡੀ ਦੇ ਵਿੱਚ 5 ਤੋਂ 6 ਹਮਲਾਵਰ ਆਉਂਦੇ ਨੇ ਤੇ ਤਾਬੜ ਤੋੜ ਫਾਇਰਿੰਗ ਕਰਕੇ ਫਰਾਰ ਹੋ ਜਾਂਦੇ ਨੇ। ਖੋਲ ਸੜਕ ਤੇ ਪਏ ਹੋਏ ਬਿਆਨ ਕਰ ਰਹੇ ਨੇ ਕਿ 15 ਰੌਂਦ ਫਾਇਰ ਕੀਤੇ ਗਏ ਨੇ, ਖਾਲੀ ਜਿਹੜੇ ਖੋਲ ਨੇ ਗੋਲੀਆਂ ਦੇ ਉਹ ਸੜਕ ਤੇ ਮੌਜੂਦ ਨੇ। ਹੁਣ ਜ਼ਿਕਰਯੋਗ ਗੱਲ ਇਹ ਹੈ ਕਿ ਆਲੇ ਦੁਆਲੇ ਮੋਹਾਲੀ ਦੇ ਵਿੱਚ ਪੂਰੇ ਕੈਮਰੇ ਲੱਗੇ ਹੋਏ ਨੇ, ਸੀਸੀਟੀਵੀ ਕੈਮਰੇ ਲੱਗੇ ਹੋਏ ਨੇ। ਤਾਂ ਅੱਗੇ ਦੀ ਜਾਣਕਾਰੀ ਜਿਹੜੀ ਅਗਲੀ ਜਾਣਕਾਰੀ ਹੈ ਉਹ ਸੀਸੀਟੀਵੀ ਕੈਮਰੇ ਖੰਗਾਲ ਕੇ ਹੀ ਆਵੇਗੀ। ਮੌਕੇ ਤੇ ਪੁਲਿਸ ਪਹੁੰਚ ਗਈ ਹੈ, ਪੁਲਿਸ ਪਾਰਟੀਆਂ ਪਹੁੰਚ ਗਈਆਂ ਨੇ, ਛਾਨਬੀਨ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ, ਪੋਸਟਮਾਰਟਮ ਹੋਏਗਾ ਜਿੱਥੇ। ਤਾਂ ਵੱਡੀ ਖਬਰ ਹੈ ਸ਼ਾਪਿੰਗ ਮਾਲ ਦੇ ਬਾਹਰ ਨੌਜਵਾਨ ਦੇ ਦਿਨ ਦਿਹਾੜੇ, ਤਾਂ ਸ਼ਾਪਿੰਗ ਮਾਲ ਦੇ ਬਾਹਰ ਇੱਕ ਸ਼ਖਸ ਦੇ 15 ਗੋਲੀਆਂ ਮਾਰੀਆਂ ਗਈਆਂ ਨੇ ਜਿਸ ਕਰਕੇ ਉਸਦੀ ਮੌਤ ਹੋ ਗਈ ਹੈ। ਸਕਾਰਪੀਓ ਗੱਡੀ ਦੇ ਵਿੱਚ ਆਏ ਸੀ 5 ਤੋਂ 6 ਹਮਲਾਵਰ ਜਿਹੜੇ ਕਿ 15 ਰੌਂਦ ਫਾਇਰ ਕਰ ਗਏ ਨੇ। ਜੰਮੂ ਦਾ ਰਹਿਣ ਵਾਲਾ ਸੀ ਰਾਜੇਸ਼ ਡੋਗਰਾ, ਜੋ ਕਿ ਸ਼ਾਪਿੰਗ ਮਾਲ ਦੇ ਵਿੱਚ ਸ਼ਾਪਿੰਗ ਕਰਨ ਆਇਆ ਸੀ। ਸ਼ਾਪਿੰਗ ਕਰਕੇ ਜਿਵੇਂ ਹੀ ਬਾਹਰ ਨਿਕਲਦਾ ਹੈ ਸ਼ਾਪਿੰਗ ਮਾਲ ਤੋਂ, ਤਾਂ ਇਸ ਤੇ ਹਮਲਾ ਕਰ ਦਿੱਤਾ ਜਾਂਦਾ ਹੈ। 15 ਰੌਂਦ ਫਾਇਰ ਕੀਤੇ ਗਏ ਨੇ। ਤਾਂ ਵੱਡੀ ਖਬਰ ਹੈ ਮੋਹਾਲੀ ਤੋਂ, ਦਿਨ ਦਿਹਾੜੇ ਵੱਡੀ ਵਾਰਦਾਤ ਹੋਈ ਹੈ। ਸ਼ਾਪਿੰਗ ਮਾਲ ਦੇ ਬਾਹਰ ਸ਼ਰੇਆਮ ਕਤਲ ਕੀਤਾ ਗਿਆ ਹੈ, ਸਾਰੇ ਲੋਕਾਂ ਦੇ ਸਾਹਮਣੇ ਦਿਨ ਦਿਹਾੜੇ ਕਤਲ ਕੀਤਾ ਗਿਆ ਹੈ। ਭੀੜ ਭੜੱਕੇ ਦੇ ਵਿੱਚ ਦਿਨ ਦਿਹਾੜੇ 5 ਤੋਂ 6 ਹਮਲਾਵਰ ਸਕਾਰਪੀਓ ਗੱਡੀ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਤੇ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਰਾਜੇਸ਼ ਡੋਗਰਾ, ਜੋ ਕਿ ਜੰਮੂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ, ਉਸ ਤੇ 15 ਰੌਂਦ ਫਾਇਰ ਕੀਤੇ ਗਏ ਨੇ। ਮੌਕੇ ਤੇ ਹੀ ਰਾਜੇਸ਼ ਡੋਗਰਾ ਦੀ ਮੌਤ ਹੋ ਗਈ ਹੈ। ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਆਲੇ ਦੁਆਲੇ ਲੱਗੇ ਸੀਸੀਟੀਵੀ ਤਸਵੀਰਾਂ ਦੀ ਜਿਹੜੀ ਫੁਟੇਜ ਹੈ ਉਹਨਾਂ ਨੂੰ ਖੰਗਾਲਿਆ ਜਾ ਰਿਹਾ। ਤਾਂ ਵੱਡੀ ਖਬਰ ਹੈ ਮੋਹਾਲੀ ਤੋਂ ਆ ਰਹੀ ਹੈ, ਦਿਨ ਦਿਹਾੜੇ ਕਤਲ ਹੋਇਆ ਸ਼ਾਪਿੰਗ ਮਾਲ ਦੇ ਬਾਹਰ।